ਹਾਕੀ ਦੀ ਇੱਕ ਨੈਸ਼ਨਲ ਖਿਡਾਰਨ ਦੇ ਵੱਲੋਂ ਭਾਖੜਾ ਨਹਿਰ ਦੇ ਵਿੱਚ ਛਾਲ ਮਾਰ ਕੇ ਖੁਦਕੁਸ਼ੀ ਕੀਤੀ ਗਈ। ਦੱਸਦੇ ਕਿ ਇਹ ਲੜਕੀ ਜੋ ਕਿ ਚੋਟੀ ਦੀ ਖਿਡਾਰਨ ਸੀ, ਕਈ ਮੈਡਲ ਇਸ ਦੇ ਵੱਲੋਂ ਜਿੱਤੇ ਗਏ ਸੀ। ਘਰੇਲੂ ਕਲੇਸ਼ ਦੇ ਚੱਲਦੇ ਇਸ ਨੇ ਇਹ ਖੌਫਨਾਕ ਕਦਮ ਚੁੱਕਿਆ। ਆਪਣੇ ਭਰਾ ਤੇ ਭਾਬੀ ਦੇ ਤਾਨੇ ਮੇਣਿਆਂ ਤੋਂ ਤੰਗ ਪਰੇਸ਼ਾਨ ਹੋ ਕੇ, ਗਾਲੀ ਗਲੋਚ ਤੋਂ ਦੁਖੀ ਹੋ ਕੇ ਇਸ ਨੇ ਭਾਖੜਾ ਦੇ ਵਿੱਚ ਛਾਲ ਮਾਰ ਦਿੱਤੀ। ਤਸਵੀਰ ਉਸ ਲੜਕੀ ਦੀ ਹੈ ਜਿਸ ਨੇ ਹਾਲੇ ਹੋਰ ਪੁਲਾਂਘਾ ਪੁੱਟਣੀਆਂ ਸੀ, ਆਪਣਾ ਆਪਣੇ ਮਾਪਿਆਂ ਦਾ ਪੰਜਾਬ ਦਾ ਨਾਮ ਰੋਸ਼ਨ ਕਰਨਾ ਸੀ, ਪਰ ਘਰੇਲੂ ਕਲੇਸ਼ ਦੇ ਚੱਲਦੇ ਇਸ ਲੜਕੀ ਦੇ ਵੱਲੋਂ ਭਾਖੜਾ ਨਹਿਰ ਦੇ ਵਿੱਚ ਛਾਲ ਮਾਰ ਕੇ ਖੁਦਕੁਸ਼ੀ ਕੀਤੀ ਗਈ। ਇਸ ਖਿਡਾਰਨ ਦਾ ਨਾਮ ਸੁਮਨਦੀਪ ਕੌਰ ਸੀ, ਜਿਸ ਦੀ ਲਾਸ਼ ਭਾਖੜਾ ਨਹਿਰ ਦੇ ਪਿੰਡ ਗੰਡਾ ਖੇੜੀ ਦੇ ਨਜ਼ਦੀਕ ਮਿਲੀ। ਮਾਮਲਾ ਸ਼੍ਰੀ ਫਤਿਹਗੜ੍ਹ ਸਾਹਿਬ ਦਾ ਹੈ। ਪਿੰਡ ਨਲੀਨਾ ਖੁਰਦ ਦੀ ਇਹ 21 ਸਾਲ ਦੀ ਖਿਡਾਰਨ ਸੁਮਨਦੀਪ ਕੌਰ ਸੀ। ਲੜਕੀ ਦੇ ਪਿਤਾ ਦੇ ਬਿਆਨਾਂ ਤੋਂ ਬਾਅਦ ਪੁਲਿਸ ਨੇ ਲੜਕੀ ਦੇ ਭਰਾ ਤੇ ਭਾਬੀ ਨੂੰ ਗ੍ਰਿਫਤਾਰ ਕਰਕੇ ਮਾਮਲੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ। ਲੜਕੀ ਦੇ ਪਿਤਾ ਨੇ ਦੱਸਿਆ ਕਿ ਉਸਦੇ ਬੇਟੇ ਵਿਕਰਮਜੀਤ ਸਿੰਘ ਦਾ ਵਿਆਹ ਖੇੜੀ ਗੁੱਜਰਾਂ ਦੀ ਪਿੰਕੀ ਦੇ ਨਾਲ 5 ਸਾਲ ਪਹਿਲਾਂ ਹੋਇਆ ਸੀ। ਉਸਦੇ ਪੁੱਤਰ ਦਾ ਪਹਿਲਾ ਤੇ ਪਿੰਕੀ ਦਾ ਇਹ ਦੂਜਾ ਵਿਆਹ ਸੀ ਤੇ ਦੋਵੇਂ ਜਾਣੇ ਉਸਦੀ ਧੀ ਸੁਮਨਦੀਪ ਕੌਰ ਨੂੰ ਬਹੁਤ ਜ਼ਿਆਦਾ ਤੰਗ ਪਰੇਸ਼ਾਨ ਕਰਦੇ ਸੀ। ਉਸਦੀ ਧੀ ਹਾਕੀ ਦੀ ਖਿਡਾਰਨ ਸੀ ਜੋ ਕਿ ਮੌਜੂਦਾ ਸਮੇਂ ਦੇ ਵਿੱਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿੱਚ ਐਮਏ ਕਰਦੀ ਸੀ। ਗਾਲੀ ਗਲੋਚ ਵੀ ਕਰਦੇ ਸੀ, ਤੰਗ ਪਰੇਸ਼ਾਨ ਵੀ ਕਰਦੇ ਸੀ, ਤਾਨੇ ਮਿਹਣੇ ਮਾਰਦੇ ਸੀ। ਘਰੇਲੂ ਕਲੇਸ਼ ਦੇ ਚੱਲਦੇ ਇਸ ਲੜਕੀ ਦੇ ਵੱਲੋਂ ਜੋ ਕਿ ਹੋਣਹਾਰ ਸੀ, ਭਾਖੜਾ ਨਹਿਰ ਦੇ ਵਿੱਚ ਛਾਲ ਮਾਰ ਕੇ ਆਪਣੇ ਆਪ ਨੂੰ ਖਤਮ ਕਰ ਲਿਆ। ਸੋ ਇਸ ਲੜਕੀ ਦੀ ਲਾਸ਼ ਨੂੰ ਬਰਾਮਦ ਕਰ ਲਿਆ, ਪੋਸਟਮਾਰਟਮ ਦੇ ਲਈ ਭੇਜ ਦਿੱਤਾ। ਦੂਜੇ ਪਾਸੇ ਪੁਲਿਸ ਦੇ ਵੱਲੋਂ ਮਾਮਲਾ ਦਰਜ ਕਰਕੇ ਭਰਾ ਤੇ ਉਸਦੀ ਭਾਬੀ ਨੂੰ ਗ੍ਰਿਫਤਾਰ ਕਰ ਲਿਆ ਤੇ ਮਾਮਲੇ ਦੀ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ। ਸੋ ਇਹ ਹਾਕੀ ਦੀ ਨੈਸ਼ਨਲ ਖਿਡਾਰਨ ਸੁਮਨਦੀਪ ਕੌਰ ਜੋ ਘਰੇਲੂ ਕਲੇਸ਼ ਦੇ ਚੱਲਦੇ ਭਰਾ ਤੇ ਭਾਬੀ ਦੇ ਤਾਨੇ ਮਿਹਣਿਆਂ ਤੋਂ ਦੁਖੀ ਹੋ ਕੇ ਇਸ ਲੜਕੀ ਦੇ ਵੱਲੋਂ ਜੋ ਕਿ ਬਹੁਤ ਜ਼ਿਆਦਾ ਹੋਣਹਾਰ ਸੀ, ਭਾਖੜਾ ਨਹਿਰ ਦੇ ਵਿੱਚ ਛਾਲ ਮਾਰ ਕੇ ਖੁਦਕੁਸ਼ੀ ਕਰ ਗਈ। ਹਾਕੀ ਦੀ ਇੱਕ ਨੈਸ਼ਨਲ ਖਿਡਾਰਨ ਦੇ ਵੱਲੋਂ ਭਾਖੜਾ ਨਹਿਰ ਦੇ ਵਿੱਚ ਛਾਲ ਮਾਰ ਕੇ ਖੁਦਕੁਸ਼ੀ ਕੀਤੀ ਗਈ। ਦੱਸਦੇ ਕਿ ਇਹ ਲੜਕੀ ਜੋ ਕਿ ਚੋਟੀ ਦੀ ਖਿਡਾਰਨ ਸੀ, ਕਈ ਮੈਡਲ ਇਸ ਦੇ ਵੱਲੋਂ ਜਿੱਤੇ ਗਏ ਸੀ। ਘਰੇਲੂ ਕਲੇਸ਼ ਦੇ ਚੱਲਦੇ ਇਸ ਨੇ ਇਹ ਖੌਫਨਾਕ ਕਦਮ ਚੁੱਕਿਆ। ਆਪਣੇ ਭਰਾ ਤੇ ਭਾਬੀ ਦੇ ਤਾਨੇ ਮਿਹਣਿਆਂ ਤੋਂ ਤੰਗ ਪਰੇਸ਼ਾਨ ਹੋ ਕੇ, ਗਾਲੀ ਗਲੋਚ ਤੋਂ ਦੁਖੀ ਹੋ ਕੇ ਇਸ ਨੇ ਭਾਖੜਾ ਦੇ ਵਿੱਚ ਛਾਲ ਮਾਰ ਦਿੱਤੀ। ਤਸਵੀਰ ਉਸ ਲੜਕੀ ਦੀ ਹੈ ਜਿਸ ਨੇ ਹਾਲੇ ਹੋਰ ਪੁਲਾਂਘਾ ਪੁੱਟਣੀਆਂ ਸੀ, ਆਪਣਾ ਆਪਣੇ ਮਾਪਿਆਂ ਦਾ ਪੰਜਾਬ ਦਾ ਨਾਮ ਰੋਸ਼ਨ ਕਰਨਾ ਸੀ, ਪਰ ਘਰੇਲੂ ਕਲੇਸ਼ ਦੇ ਚੱਲਦੇ ਇਸ ਲੜਕੀ ਦੇ ਵੱਲੋਂ ਭਾਖੜਾ ਨਹਿਰ ਦੇ ਵਿੱਚ ਛਾਲ ਮਾਰ ਕੇ ਖੁਦਕੁਸ਼ੀ ਕੀਤੀ ਗਈ। ਇਸ ਖਿਡਾਰਨ ਦਾ ਨਾਮ ਸੁਮਨਦੀਪ ਕੌਰ ਸੀ, ਜਿਸ ਦੀ ਲਾਸ਼ ਭਾਖੜਾ ਨਹਿਰ ਦੇ ਪਿੰਡ ਗੰਡਾ ਖੇੜੀ ਦੇ ਨਜ਼ਦੀਕ ਮਿਲੀ। ਮਾਮਲਾ ਸ਼੍ਰੀ ਫਤਿਹਗੜ੍ਹ ਸਾਹਿਬ ਦਾ ਹੈ। ਪਿੰਡ ਨਲੀਨਾ ਖੁਰਦ ਦੀ ਇਹ 21 ਸਾਲ ਦੀ ਖਿਡਾਰਨ ਸੁਮਨਦੀਪ ਕੌਰ ਸੀ। ਲੜਕੀ ਦੇ ਪਿਤਾ ਦੇ ਬਿਆਨਾਂ ਤੋਂ ਬਾਅਦ ਪੁਲਿਸ ਨੇ ਲੜਕੀ ਦੇ ਭਰਾ ਤੇ ਭਾਬੀ ਨੂੰ ਗ੍ਰਿਫਤਾਰ ਕਰਕੇ ਮਾਮਲੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ। ਲੜਕੀ ਦੇ ਪਿਤਾ ਨੇ ਦੱਸਿਆ ਕਿ ਉਸਦੇ ਬੇਟੇ ਵਿਕਰਮਜੀਤ ਸਿੰਘ ਦਾ ਵਿਆਹ ਖੇੜੀ ਗੁੱਜਰਾਂ ਦੀ ਪਿੰਕੀ ਦੇ ਨਾਲ 5 ਸਾਲ ਪਹਿਲਾਂ ਹੋਇਆ ਸੀ। ਉਸਦੇ ਪੁੱਤਰ ਦਾ ਪਹਿਲਾ ਤੇ ਪਿੰਕੀ ਦਾ ਇਹ ਦੂਜਾ ਵਿਆਹ ਸੀ ਤੇ ਦੋਵੇਂ ਜਾਣੇ ਉਸਦੀ ਧੀ ਸੁਮਨਦੀਪ ਕੌਰ ਨੂੰ
ਬਹੁਤ ਜ਼ਿਆਦਾ ਤੰਗ ਪਰੇਸ਼ਾਨ ਕਰਦੇ ਸੀ। ਉਸ ਦੀ ਧੀ ਹਾਕੀ ਦੀ ਖਿਡਾਰਨ ਸੀ ਜੋ ਕਿ ਮੌਜੂਦਾ ਸਮੇਂ ਦੇ ਵਿੱਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿੱਚ MA ਕਰਦੀ ਸੀ। ਗਾਲੀ ਗਲੋਚ ਵੀ ਕਰਦੇ ਸੀ, ਤੰਗ ਪਰੇਸ਼ਾਨ ਵੀ ਕਰਦੇ ਸੀ, ਤਾਨੇ ਮਿਹਣੇ ਮਾਰਦੇ ਸੀ। ਘਰੇਲੂ ਕਲੇਸ਼ ਦੇ ਚੱਲਦੇ ਇਸ ਲੜਕੀ ਦੇ ਵੱਲੋਂ ਜੋ ਕਿ ਹੋਣਹਾਰ ਸੀ ਭਾਖੜਾ ਨਹਿਰ ਦੇ ਵਿੱਚ ਛਾਲ ਮਾਰ ਕੇ ਆਪਣੇ ਆਪ ਨੂੰ ਖਤਮ ਕਰ ਲਿਆ। ਸੋ ਇਸ ਲੜਕੀ ਦੀ ਲਾਸ਼ ਨੂੰ ਬਰਾਮਦ ਕਰ ਲਿਆ, ਪੋਸਟਮਾਰਟਮ ਦੇ ਲਈ ਭੇਜ ਦਿੱਤਾ। ਦੂਜੇ ਪਾਸੇ ਪੁਲਿਸ ਦੇ ਵੱਲੋਂ ਮਾਮਲਾ ਦਰਜ ਕਰਕੇ ਭਰਾ ਤੇ ਉਸਦੀ ਭਾਬੀ ਨੂੰ ਗ੍ਰਿਫਤਾਰ ਕਰ ਲਿਆ ਤੇ ਮਾਮਲੇ ਦੀ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ। ਸੋ ਇਹ ਹਾਕੀ ਦੀ ਨੈਸ਼ਨਲ ਖਿਡਾਰਨ ਸੁਮਨਦੀਪ ਕੌਰ ਜੋ ਘਰੇਲੂ ਕਲੇਸ਼ ਦੇ ਚੱਲਦੇ ਭਰਾ ਤੇ ਭਾਬੀ ਦੇ ਤਾਨੇ ਮਿਹਣਿਆਂ ਤੋਂ ਦੁਖੀ ਹੋ ਕੇ ਇਸ ਲੜਕੀ ਦੇ ਵੱਲੋਂ ਜੋ ਕਿ ਬਹੁਤ ਜ਼ਿਆਦਾ ਹੋਣਹਾਰ ਸੀ ਭਾਖੜਾ ਨਹਿਰ ਦੇ ਵਿੱਚ ਛਾਲ ਮਾਰ ਕੇ ਖੁਦਕੁਸ਼ੀ ਕਰ ਗਈ।